ਚੋਰੀ ਕਰਨ ਆਏ ਚੋਰਾਂ ਨੂੰ ਇੱਕ ਚੌਕੀਦਾਰ ਨੇ ਭਾਜੜਾ ਪਾ ਦਿੱਤੀਆਂ ਨੇ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਸਵੇਰੇ ਤੜਕੇ 3 ਦੇ ਕਰੀਬ ਚੋਰ ਦੱਸੇ ਜਾ ਰਹੇ ਨੇ ਜੋ ਕਿ ਇੱਕ ਮਨਿਆਰੀ ਦੀ ਦੁਕਾਨ ਦਾ ਤਾਲਾ ਤੋੜਨ ਦੇ ਲਈ ਆਏ ਤੇ ਚੋਰੀ ਕਰਨ ਦੀ ਨੀਅਤ ਦੇ ਨਾਲ ਉਹਨਾਂ ਦੇ ਵੱਲੋਂ ਜਦੋਂ ਸ਼ਟਰ ਤੋੜਿਆ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਅਚਾਨਕ ਚੌਕੀਦਾਰ ਆ ਜਾਂਦਾ ਹੈ। ਚੌਕੀਦਾਰ ਖਤਰੇ ਨੂੰ ਦੇਖਦੇ ਹੋਏ ਤੁਰੰਤ ਮੌਕੇ ਦੇ ਉੱਤੇ ਹੀ ਸੂਚਨਾ ਇਸ ਦੀ ਪੁਲਿਸ ਨੂੰ ਦਿੰਦਾ ਹੈ ਤੇ ਪੁਲਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਇਹ ਚੋਰ ਮੌਕੇ ਤੋਂ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਚੌਕੀਦਾਰ ਦੀ ਮੁਸਤੈਦੀ ਦੇ ਕਾਰਨ ਇੱਕ ਦੁਕਾਨ ਦਾ ਤਾਲਾ ਟੁੱਟਣ ਤੋਂ ਬਚਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰਾਂ ਦੇ ਵੱਲੋਂ ਜੋ ਸ਼ਟਰ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਫੱਟੇ ਦੀ ਮਦਦ ਦੇ ਨਾਲ ਇੱਟਾਂ ਰੱਖ ਕੇ ਉਸਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਦੇ ਸੱਬਲ ਦੇ ਨਾਲ। ਤਾਂ ਦੱਸ ਦਈਏ ਕਿ ਜਦੋਂ ਸਾਹਮਣੇ ਤੋਂ ਚੌਕੀਦਾਰ ਆਉਂਦਾ ਦਿਖਿਆ ਤਾਂ ਇਹਨਾਂ ਦੇ ਵੱਲੋਂ ਲੁਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚੌਕੀਦਾਰ ਤੁਰੰਤ ਇਸ ਖਤਰੇ ਨੂੰ ਭਾਂਫ ਚੁੱਕਾ ਸੀ ਕਿ ਹੋ ਸਕਦਾ ਇਹ ਚੋਰ ਇੱਕ ਦੁਕਾਨ ਦਾ ਤਾਲਾ ਤੋੜਨ ਲੱਗੇ ਹੋਏ ਨੇ। ਤੁਰੰਤ ਉਸਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਕਿਹਾ ਜਾ ਰਿਹਾ ਕਿ ਚੌਕੀਦਾਰ ਨੇ ਸ਼ੋਰ ਵੀ ਮਚਾਇਆ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਫਰਾਰ ਹੋ ਗਏ ਤੇ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਚੌਕੀਦਾਰ ਦੀ ਮੁਸਤੈਦੀ ਦੇ ਨਾਲ ਇੱਕ ਦੁਕਾਨ ਦਾ ਵੱਡਾ ਨੁਕਸਾਨ ਹੋਣ ਤੋਂ ਬਚਿਆ। ਚੋਰੀ ਕਰਨ ਆਏ ਚੋਰਾਂ ਨੂੰ ਇੱਕ ਚੌਕੀਦਾਰ ਨੇ ਭਾਜੜਾ ਪਾ ਦਿੱਤੀਆਂ ਨੇ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਸਵੇਰੇ ਤੜਕੇ 3 ਦੇ ਕਰੀਬ ਚੋਰ ਦੱਸੇ ਜਾ ਰਹੇ ਨੇ ਜੋ ਕਿ ਇੱਕ ਮਨਿਆਰੀ ਦੀ ਦੁਕਾਨ ਦਾ ਤਾਲਾ ਤੋੜਨ ਦੇ ਲਈ ਆਏ ਤੇ ਚੋਰੀ ਕਰਨ ਦੀ ਨੀਅਤ ਦੇ ਨਾਲ ਉਹਨਾਂ ਦੇ ਵੱਲੋਂ ਜਦੋਂ ਸ਼ਟਰ ਤੋੜਿਆ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਅਚਾਨਕ ਚੌਕੀਦਾਰ ਆ ਜਾਂਦਾ ਹੈ। ਚੌਕੀਦਾਰ ਖਤਰੇ ਨੂੰ ਦੇਖਦੇ ਹੋਏ ਤੁਰੰਤ ਮੌਕੇ ਦੇ ਉੱਤੇ ਹੀ ਸੂਚਨਾ ਇਸ ਦੀ ਪੁਲਿਸ ਨੂੰ ਦਿੰਦਾ ਹੈ ਤੇ ਪੁਲਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਇਹ ਚੋਰ ਮੌਕੇ ਤੋਂ ਫਰਾਰ ਹੋਏ ਨੇ। ਤਾਂ ਦੱਸ ਦਈਏ ਕਿ ਚੌਕੀਦਾਰ ਦੀ ਮੁਸਤੈਦੀ ਦੇ ਕਾਰਨ ਇੱਕ ਦੁਕਾਨ ਦਾ ਤਾਲਾ ਟੁੱਟਣ ਤੋਂ ਬਚਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰਾਂ ਦੇ ਵੱਲੋਂ ਜੋ ਸ਼ਟਰ ਹੈ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਫੱਟੇ ਦੀ ਮਦਦ ਦੇ ਨਾਲ ਇੱਟਾਂ ਰੱਖ ਕੇ ਉਸਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਦੇ ਸੱਬਲ ਦੇ ਨਾਲ। ਤਾਂ ਦੱਸ ਦਈਏ ਕਿ ਜਦੋਂ ਸਾਹਮਣੇ ਤੋਂ ਚੌਕੀਦਾਰ ਆਉਂਦਾ ਦਿਖਿਆ ਤਾਂ ਇਹਨਾਂ ਦੇ ਵੱਲੋਂ ਲੁਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਚੌਕੀਦਾਰ ਤੁਰੰਤ ਇਸ ਖਤਰੇ ਨੂੰ ਭਾਂਫ ਚੁੱਕਾ ਸੀ ਕਿ ਹੋ ਸਕਦਾ ਇਹ ਚੋਰ ਇੱਕ ਦੁਕਾਨ ਦਾ ਤਾਲਾ ਤੋੜਨ ਲੱਗੇ ਹੋਏ ਨੇ। ਤੁਰੰਤ ਉਸਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਕਿਹਾ ਜਾ ਰਿਹਾ ਕਿ ਚੌਕੀਦਾਰ ਨੇ ਸ਼ੋਰ ਵੀ ਮਚਾਇਆ, ਜਿਸ ਤੋਂ ਬਾਅਦ ਇਹ ਚੋਰ ਮੌਕੇ ਤੋਂ ਫਰਾਰ ਹੋ ਗਏ ਤੇ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਚੌਕੀਦਾਰ ਦੀ ਮੁਸਤੈਦੀ ਦੇ ਨਾਲ ਇੱਕ ਦੁਕਾਨ ਦਾ ਵੱਡਾ ਨੁਕਸਾਨ ਹੋਣ ਤੋਂ ਬਚਿਆ।